ਨਿਊਜ਼ 18 ਪੰਜਾਬ 'ਚ ਅਸੀਂ ਗੱਲ ਕਰਨ ਜਾ ਰਹੇ ਹਾਂ ਨਾ 1959 ਦੀ ਜੰਗ ਦੀ, ਜਿਸ ਦੌਰਾਨ ਚਾਈਨਾ ਨਾਲ ਮੁਕਾਬਲਾ ਕਰਦੇ ਹੋਏ ਭਾਰਤ ਦੇ CRPF ਦੇ 10 ਜਵਾਨ ਸ਼ਹੀਦ ਹੋ ਗਏ ਸਨ। ਉਹਨਾਂ ਦੀ ਯਾਦ ਦੇ ਵਿੱਚ 21 ਅਕਤੂਬਰ ਨੂੰ ਹਰ ਸਾਲ ਪੁਲਿਸ ਯਾਦਗਾਰ ਦਿਵਸ ਵੀ ਮਨਾਇਆ ਜਾਂਦਾ ਹੈ। ਇਹ ਯਾਦਗਾਰ ਦਿਵਸ 10 CRPF ਦੇ ਜਵਾਨਾਂ ਦੇ ਸ਼ਹੀਦੀ ਦੇ ਬਾਅਦ ਮਨਾਇਆ ਜਾਣਾ ਸ਼ੁਰੂ ਹੋਇਆ ਸੀ। ਇਹਨਾਂ ਜਵਾਨਾਂ ਦੇ ਵਿੱਚ ਸ਼ਹੀਦ ਸਰਵਨ ਦਾਸ ਜੀ, ਜਿਹੜਾ ਕਿ ਪਿੰਡ ਕਿਤਨਾ, ਜ਼ਿਲ੍ਹਾ ਹੁਸ਼ਿਆਰਪੁਰ, ਤਹਿਸੀਲ ਗੜਸ਼ੰਕਰ ਨਾਲ ਸੰਬੰਧਿਤ ਸਨ। ਇਸ ਵੇਲੇ ਅਸੀਂ ਉਸ ਪਿੰਡ ਦੇ ਵਿੱਚ ਮੌਜੂਦ ਹਾਂ। ਇਸ ਪਿੰਡ ਦੇ ਵਿੱਚ ਸ਼ਹੀਦ ਸਰਵਨ ਦਾਸ ਜੀ ਦੇ ਨਾਂ 'ਤੇ ਪਾਰਕ ਵੀ ਬਣਾਇਆ ਹੋਇਆ ਹੈ ਅਤੇ ਇਸ ਪਿੰਡ ਦੇ ਵਿੱਚ ਉਹਨਾਂ ਦੇ ਨਾਂ 'ਤੇ ਮੰਦਿਰ ਵੀ ਬਣਾਇਆ ਗਿਆ ਹੈ ਅਤੇ ਸਕੂਲ ਦਾ ਨਾਂ ਵੀ ਸ਼ਹੀਦ ਸਰਵਨ ਦਾਸ ਜੀ ਦੇ ਨਾਂ 'ਤੇ ਰੱਖਿਆ ਹੋਇਆ। ਉੱਥੇ ਸਾਡੇ ਨਾਲ ਸ਼ਹੀਦ ਸਰਵਨ ਦਾਸ ਜੀ ਦੇ ਪਰਿਵਾਰ ਨਾਲ ਸੰਬੰਧਿਤ ਜਿਹੜੇ ਮੈਂਬਰ ਹੈਗੇ ਉਹਨਾਂ ਨਾਲ ਅਸੀਂ ਗੱਲਬਾਤ ਕਰੀ। ਸਰ, ਕੀ ਕਹੋਗੇ ਜਿਹੜੀ ਇਹ ਸ਼ਹੀਦੀ ਹੋਈ ਸੀਗੀ, ਕੀ ਕਹੋਗੇ ਇਹਦੇ ਬਾਰੇ? 21 ਅਕਤੂਬਰ 1959 ਨੂੰ ਚਾਈਨਾ ਦੇ ਬਾਰਡਰ 'ਤੇ ਹੌਟ ਸਪ੍ਰਿੰਗ ਦੀ ਜਗ੍ਹਾ ਆ, ਉੱਥੇ ਇਹ ਜੰਗ ਹੋਈ ਸੀ ਜੀ। ਉਹਦੇ ਵਿੱਚ CRPF ਦੇ 10 ਜਵਾਨ ਸ਼ਹੀਦ ਹੋਏ ਸੀ, ਜਿਨ੍ਹਾਂ ਦੀ ਯਾਦ ਵਿੱਚ ਪੂਰੇ ਭਾਰਤ ਵਰਸ਼ ਵਿੱਚ 21 ਅਕਤੂਬਰ ਨੂੰ ਪੁਲਿਸ ਯਾਦਗਾਰੀ ਦਿਵਸ ਮਨਾਇਆ ਜਾਂਦਾ ਹੈ ਜੀ। ਅਸੀਂ ਇਸ ਵਾਰ ਵੀ 21 ਅਕਤੂਬਰ ਨੂੰ ਪੁਲਿਸ ਯਾਦਗਾਰੀ ਦਿਵਸ ਮਨਾ ਰਹੇ ਹਾਂ ਸਾਰੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਜੀ। ਸਕੂਲ ਦਾ ਨਾਮ ਵੀ ਰੱਖਿਆ ਗਿਆ 2017 ਦੇ ਵਿੱਚ ਵੀ, ਪਾਰਕ ਵੀ ਬਣੀ ਅਤੇ ਇੱਥੇ ਇਹਨਾਂ ਦਾ ਸਟੈਚੂ ਵੀ ਲੱਗਿਆ ਜੀ 2015 ਦੇ ਵਿੱਚ। ਅਤੇ ਜਿਹੜਾ ਉਹਨਾਂ ਦਾ ਜੱਦੀ ਘਰ ਆ ਜੀ, ਉਹਦੇ ਵਿੱਚ ਹੌਟ ਸਪ੍ਰਿੰਗ ਦੇ ਸ਼ਹੀਦਾਂ ਦੀ ਪੂਰੀ ਸਮਾਰਕ ਬਣਿਆ ਹੋਇਆ ਜੀ। ਦੇਖੋ, ਆਪਣੇ ਪਹਿਲਾਂ ਤਾਂ ਜੀ ਸਾਡੇ ਗੜਸ਼ੰਕਰ ਤੋਂ SHO ਸਾਹਿਬ, ਉਹਨਾਂ ਨੂੰ ਵੀ ਸੱਦਾ ਪੱਤਰ ਦਿੱਤਾ ਅਤੇ DSP ਸਾਹਿਬ ਉਹਨਾਂ ਨੂੰ ਵੀ ਦਿੱਤਾ ਅਤੇ SSP ਸਾਹਿਬ ਨੂੰ ਵੀ ਬੁਲਾਇਆ ਜਾਏਗਾ ਅਤੇ CRPF ਤੋਂ DIG ਸਾਹਿਬ ਅਤੇ ਉਹਨਾਂ ਦੇ ਪੂਰੇ ਜੋ ਵੀ ਉਹਨਾਂ ਦੇ ਮੈਂਬਰ ਆ ਅਤੇ ਜਿਹੜੇ ਐਕਸਮੈਨ ਆ CRPF ਦੇ, ਉਹ ਵੀ ਆ ਰਹੇ ਆ ਜੀ। ਸਾਡੇ ਨਾਲ ਹੋਰ ਵੀ ਪਿੰਡ ਵਾਸੀ ਮੌਜੂਦ ਆ, ਉਹਨਾਂ ਨਾਲ ਅਸੀਂ ਗੱਲ ਕਰਦੇ। ਭਾਅ ਜੀ, ਕੀ ਕਹੋਗੇ ਜਿਹੜਾ ਇਹ ਸ਼ਹੀਦੀ ਦਿੱਤੀ ਸੀ ਪਿੰਡ ਲਈ, ਬੜੀ ਮਾਣ ਦੀ ਗੱਲ ਹੈ, ਤੁਸੀਂ ਕੀ ਕਹੋਗੇ ਇਹਦੇ ਬਾਰੇ? ਹਾਂਜੀ, ਸ਼ਹੀਦ ਸਰਵਨ ਦਾਸ ਜੀ ਸਾਡੇ ਮਤਲਬ ਬਹੁਤ ਬਜ਼ੁਰਗ ਨੇ ਅਤੇ ਉਹਨਾਂ ਨੇ ਜੋ ਪਿੰਡ ਲਈ ਸ਼ਹੀਦੀ ਦਿੱਤੀ ਉਹ ਸਾਡੇ ਪਿੰਡ ਲਈ ਕੀ ਪੂਰੇ ਏਰੀਏ ਲਈ ਮਾਣ ਵਾਲੀ ਗੱਲ ਹੈ, ਕਿਉਂਕਿ ਸ਼ਹੀਦ ਸਰਵਨ ਦਾਸ ਜੀ ਸਾਡੇ ਮੁਲਕ ਇੰਡੀਆ ਦੇ ਪਹਿਲੇ 10 ਸ਼ਹੀਦਾਂ ਵਿੱਚ ਸ਼ਾਮਿਲ ਸਨ ਅਤੇ ਉਹਨਾਂ ਦੀ ਯਾਦ ਵਿੱਚ ਹਰ ਸਾਲ 21 ਅਕਤੂਬਰ ਨੂੰ ਆਪਣੇ ਪੁਲਿਸ ਦਿਵਸ ਮਨਾਇਆ ਜਾਂਦਾ ਹੈ, ਜਿਹਨੂੰ ਪੁਲਿਸ ਕਨਵਰਸ਼ਨ ਡੇ ਆਪਾਂ ਕਹਿੰਦੇ ਹਾਂ, ਅਤੇ ਪੂਰੇ ਇੰਡੀਆ ਲੈਵਲ 'ਤੇ ਮਨਾਇਆ ਜਾਂਦਾ, ਨਾ ਕਿ ਸਾਡੇ ਪਿੰਡ ਪੱਧਰ 'ਤੇ। ਅਤੇ ਬਹੁਤ ਵੱਡੇ ਅਫਸਰ ਆਉਂਦੇ ਹਨ ਅਤੇ ਇਸ ਪਰਿਵਾਰ ਦੀ ਪਿੰਡ ਨੂੰ ਵੀ ਬਹੁਤ ਦੇਣ ਹੈ ਅਤੇ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਪਿੰਡ ਦੇ ਹੋਰ ਵੀ ਮਹੱਤਵਾਰ ਮੌਜੂਦ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਦੇ। ਸਰ, ਕੀ ਕਹੋਗੇ ਜਿਹੜਾ ਪਿੰਡ ਦੇ ਵਿੱਚ ਸ਼ਹੀਦੀ ਦਿੱਤੀ ਹੈ ਸਰਪੰਚ ਜੀ ਨੇ, ਅਤੇ ਕੀ ਕਹੋਗੇ ਇਹਦੇ ਬਾਰੇ? ਬਹੁਤ ਵੱਡੀ ਸ਼ਹੀਦੀ ਹੈ ਇਹਨਾਂ ਦੀ, ਸਾਰੇ ਪਿੰਡ ਨੂੰ ਬਹੁਤ ਮਾਣ ਆ, ਇਸ ਇਲਾਕੇ ਨੂੰ ਬਹੁਤ ਮਾਣ ਆ, ਇਸ ਦੇਸ਼ ਨੂੰ ਬਹੁਤ ਮਾਣ ਆ। ਜਿੱਦਾਂ ਮੇਰੇ ਤੋਂ ਵੱਡੇ ਪਹਿਲਾਂ ਦੱਸਿਆ ਭਾਈ ਸਾਹਿਬ ਨੇ, ਵੀ ਉਹਨਾਂ ਦਸ਼ਾਂ ਵਿੱਚੋਂ ਸ਼ਹੀਦ ਸੀਗੇ, ਜਿਹੜੀ ਪਹਿਲੀ ਇਹਨਾਂ ਦੀ ਰੈਜੀਮੈਂਟ ਸੀਗੀ। ਉਸ ਵੇਲੇ ਤਾਂ ਇਹ ਚੜ੍ਹਦੀ ਜਵਾਨੀ ਵਿੱਚ ਜਦੋਂ ਸ਼ਹੀਦ ਹੋਏ ਆ, ਉਸ ਵੇਲੇ ਤਾਂ ਘਰਦਿਆਂ ਨੂੰ ਵੀ ਬਹੁਤ ਮਨ ਨੂੰ ਠੇਸ ਪੁੱਜੀ ਸੀ, ਬਜ਼ੁਰਗਾਂ ਨੂੰ, ਉਹਨਾਂ ਦੇ ਨੂੰ, ਅਤੇ ਉਹ ਦਿਨ ਨਹੀਂ ਬੜੇ ਕਿੱਦਾਂ ਕੱਢੇ ਹੋਣਗੇ, ਇੱਕ ਬੇਟੇ ਨੂੰ ਕਮਾਉਣ ਭੇਜਿਆ ਹੋਵੇ, ਗਰੀਬੀ ਦੀ ਹਾਲਤ ਵਿੱਚ ਵੀ ਸੀ। ਅੱਜ ਇਸ ਪਰਿਵਾਰ 'ਤੇ ਬਹੁਤ ਦਇਆ ਆ, ਔਰ ਜੇ ਦਇਆ ਤਾਂ ਦਾਨ ਵੀ ਰੱਜ ਕੇ ਕਰਦੇ ਆ। ਸਕੂਲ ਵੀ ਸ਼ਹੀਦ ਦੇ ਨਾਂ 'ਤੇ, ਮਿਡਲ ਸਕੂਲ ਕਿੱਤਣਾ ਸਰਵਨ ਦਾਸ ਜੀ ਦੇ ਨਾਂ 'ਤੇ ਹੈਗਾ, ਅਤੇ ਬਹੁਤ ਮਾਣ ਹੈ। ਸਰਕਾਰ ਤੋਂ ਤਾਂ ਜੀ ਅਸੀਂ ਇੰਨੀ ਮੰਗ ਚਾਹੁੰਦੇ ਹਾਂ, ਪਰ ਸਰਕਾਰ ਕਦੇ ਪੂਰੀ ਕਰਦੀ ਹੀ ਨਹੀਂ ਸਾਡੀ ਮੰਗ। ਆਹ ਵੀ ਜੋ ਲੱਗਾ ਸ਼ਹੀਦ ਦਾ, ਬੁੱਤ ਇਹ ਵੀ ਇਹਨਾਂ ਦੇ ਆਪਣੇ ਨਿੱਜੀ ਖਰਚੇ ਤੋਂ ਲਾਇਆ, ਔਰ ਇਹ ਪਾਰਕਿੰਗ ਦਾ ਵੀ ਸਾਰਾ ਖਰਚਾ ਨਹੀਂ ਆਪ ਕੀਤਾ। ਸਰਕਾਰ ਤਾਂ ਸ਼ਹੀਦ ਦੇ ਨਾਂ 'ਤੇ ਸੁੱਤੀ ਪਈਆਂ, ਮਾੜਾ ਵੀ ਇਹਨਾਂ ਦਾ ਕੋਈ ਸਰਕਾਰ ਦਾ ਕੋਈ ਦੇਣ ਨਹੀਂ ਹੈਗੀ। ਅਸੀਂ ਚਾਹੁੰਦੇ ਹਾਂ ਸਰਕਾਰ ਇਹ 'ਚ ਇੰਟਰਫੇਅਰ ਕਰੇ ਔਰ ਇਹ ਸ਼ਹੀਦ ਨੂੰ ਹੋਰ ਉੱਪਰ ਲੈ ਕੇ ਜਾਵੇ, ਅਤੇ ਸਰਕਾਰ ਤੋਂ ਅਸੀਂ ਬਹੁਤ ਵੱਡੀ ਮੰਗ ਕਰਦੇ ਹਾਂ। ਸਕੂਲ ਦੀ ਡਿਸਪੈਂਸਰੀ ਹੋਣੀ ਚਾਹੀਦੀ ਕੋਈ ਸ਼ਹੀਦ ਦੇ ਨਾਂ 'ਤੇ, ਕੋਈ ਅੱਡਾ ਹੀ ਬਣ ਜਾਵੇ ਬੱਸ 'ਤੇ ਸ਼ਹੀਦ ਦੇ ਨਾਂ 'ਤੇ, ਐਨ ਰੋਡ ਤੋਂ ਬੰਦੇ ਨੂੰ ਦਿਖੇ ਵੀ ਆਹ ਪਿੰਡ ਸ਼ਹੀਦਾਂ ਦਾ ਹੈਗਾ ਆ, ਪਰ ਜਵਾਨੀ 'ਚ ਸ਼ਹੀਦੀ ਦਿੱਤੀ ਆ ਉਹਲੇ।
ਅਸੀਂ ਤਾਂ ਸਰਕਾਰ ਤੋਂ ਪੁਰਜ਼ੋਰ ਅਪੀਲ ਕਰਦੇ ਹਾਂ ਜੀ।